सुल्तानपुर लोधी ਦੇ ਇੱਕ ਪਿੰਡ ਵਿੱਚ ਸਾਬਕਾ ਸਰਪੰਚ ਦੇ ਘਰ ਦੇ ਉੱਤੇ ਕੁਝ ਲੋਕਾਂ ਦੇ ਵੱਲੋਂ ਫਾਇਰ ਕਰ ਦਿੱਤੇ ਗਏ। मिली जानकारी के मुताबिक साबका सरपंच की पत्नी डेयरी का काम करती है। जिक्रयोग है कि पिंड के कुछ नौजवानों की किसी गल नूं लैके उन्होंने नाल कहा सुनी हुई सी। इस तो बाद उन्होंने गीता राणी के उत्ते चाकू के नाल हमला कर दिता, जिस तो बाद जब उन्होंने बेटा उन्होंने बचाने के लिए आया तो उसके उत्ते फायर कर दिते। इस घटना के जिथे नौजवान लड़का जख्मी होया है उत्थे ही महिला भी गंभीर जख्मी हो गई है, जिस दे कारण उसनू जलंधर के किसी निजी हस्पताल दे विच रैफर कर दिता गया है, जबकि नौजवान लड़के का सिविल हस्पताल सुल्तानपुर लोधी दे विच ही इलाज चल रहा है। फिलहाल पुलिस ने बयान दर्ज करके अगलेरी कार्रवाई शुरू कर दी है। कपूरथला तो अज की आवाज़ के लिए गुरदेव सिंह भट्टी की रिपोर्ट। हाँ जी, की हो आंटी जी, की घटना हुई है? किन्ने जने जख्मी होए? दो जने नाम की है? कित्थों रहण वाले? की गलबात होई है भाई? मेरे मम्मी दुकान पर है, कोई पिंडों मुंडा ही सागर। अच्छा जी। उन्होंने आके वो बल्ले चाकू मारा मेरी मम्मी जी का, उस तो बाद रौला पिया तो मैं थले देख लिया तो उन्हें मैनू भी मारन की कोशिश की, अंदर आ गया ही साढ़े मारन लिए मैं को पिस्तौल सी। अच्छा, फायरिंग की? मेरे फायरिंग की, लत्त से गोली मारी। अच्छा, किन्ने व्यक्ति से? कला ही। मांग की करते हो प्रशासन तो? प्रशासन तो मांग यही है सानू इंसाफ मिलना चाहिए। जख्मी किन्ने जने हुए? मैं तो मेरी मम्मी जी है, तो एक गवांड तो बंदा है साढ़े अजीत सिंह नाम। हाँ जी, वो भी जख्मी? वो भी छड़ा रहा, वो भी हाथ से चाकू वजा। उसके चाकू वजा? हाँ जी। तो की कोई पुराना विवाद सी जां की सी? नहीं जी, नहीं कुछ नहीं सीगा इहो जिहा, बस समझो बाहर ही खतों ने इदा कीता। मतलब कि मामूली गल नूं लैके लड़ाई हुई? हाँ जी जिहड़ी हुई। मामूली गल कोई है ही नहीं सी, ਇਹ ਤਾਂ ਉਹਨੂੰ ਪਤਾ ਕਦ ਤੋਂ ਮਰਨਾ ਹੈ, ਲੁੱਟ ਹੋਊਗਾ। ਪਿੰਡ ਦਾ ਹੀ ਬੰਦਾ ਸੀ? ਜਿਹਨੇ ਪਿੰਡ ਦਾ? ਪਿੰਡ ਦਾ ਹੀ। ਮੰਗ ਕਰਨੀ ਚਾਹੁੰਦੇ ਪ੍ਰਸ਼ਾਸਨ ਤੋਂ ਕੋਈ? ਵਾਏ ਹੋ ਇਨਸਾਫ ਮਿਲਣਾ ਚਾਹੀਦਾ। ਗੱਲਬਾਤ ਹੋਈ ਹੈ? ਮੇਰਾ ਨਾਮ ਪੱਕਾ ਨਾਮ ਵਿਨੋਦ ਕੁਮਾਰ ਜੀ, ਛੋਟੇ ਨਾਂ ਤੋਂ ਗੋਲਡੀ ਤੋਂ ਜਾਣਦੇ ਆ ਸਾਰੇ ਮੈਨੂੰ। ਕਿੱਥੋਂ ਦੇ ਵੱਲ? ਪਿੰਡ ਮੇਰਾ ਭਾਗੋ ਬੁੱਢਾ ਵਾ ਜੀ। ਸਾਡਾ ਦੁੱਧ ਦਾ ਅਤੇ ਕਾਰ ਅਸੈਸਰੀ ਦਾ ਹੋਰ ਖੇਤੀਬਾੜੀ ਦਾ ਕੰਮ ਹੈਗਾ, ਅਸੀਂ ਆਪਣੇ ਕੰਮਾਂ ਕਾਰਾਂ 'ਤੇ ਸਵੇਰੇ ਨਿਕਲ ਗਏ ਸੀ। ਕੁਛ ਪਿੰਡ ਦਾ ਮੁੰਡਾ ਇੱਕ ਆਇਆ ਵਾ ਅਤੇ ਉਹ ਦੁੱਧ ਲੈਣ ਦੇ ਬਹਾਨੇ ਆਇਆ ਵਾ, ਚਾਚੀ ਸਾਡੀ ਤੋਂ ਉਹਨੇ ਕਾਚੂ ਕੁਚੂ ਮਾਰਤੇ ਆ। ਦੁਕਾਨ ਕਰਦੇ ਦੁੱਧ ਦੀ? ਡੇਅਰੀ ਦਾ ਵੀ ਕੰਮ ਆ, ਨਾਲ ਕਰਿਆਨੇ ਦੀ ਦੁਕਾਨ ਆ। ਠੀਕ ਹੈ ਜੀ, ਠੀਕ ਹੈ ਜੀ। ਅਤੇ ਉਹਨੇ ਕਾਚੂ ਕੁਚੂ ਮਾਰਤੇ ਕਾਫੀ ਜਗ੍ਹਾ, ਅਤੇ ਮੁੰਡਾ ਸਾਡਾ ਛੋਟਾ ਭਰਾ ਸੀ ਇੱਕ, ਉਹਦੇ ਗੋਲੀ ਲੱਗੀ ਹੋਈ ਲੱਤ 'ਚ, ਛਰੇ ਛੁਰੇ ਵੱਜੇ ਹੋਏ, ਕਾਫੀ ਸੀਰੀਅਸ ਹਾਲਤ 'ਚ ਹੈਗੇ ਆ ਦੋਨੇ। ਅਤੇ ਚਾਚੀ ਸਾਡੀ ਨੂੰ ਜਲੰਧਰ ਰੈਫਰ ਕਰ ਦਿੱਤਾ ਹੋਇਆ, ਉਹ ਵੀ ਬਹੁਤ ਜ਼ਿਆਦਾ ਸੀਰੀਅਸ ਆ। ਅਸੀਂ ਸਰਕਾਰ ਕੋਲ ਮੰਗ ਚਾਹੁੰਦੇ ਹਾਂ ਵੀ ਸਾਡੇ ਨਾਲ ਇਨਸਾਫ ਕੀਤਾ ਜਾਵੇ, ਇਹਦੀ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕਰਕੇ ਇਹਨੂੰ ਸਜ਼ਾ ਦਿੱਤੀ। ਜ਼ਖਮੀਆਂ ਦਾ ਕੀ ਨਾਮ ਆ ਬਾਈ? ਗੀਤਾ ਰਾਣੀ ਆ ਜੀ ਉਹਨਾਂ ਦਾ ਨਾਮ। ਅਤੇ ਦੂਸਰੇ ਜਿਹੜਾ ਮੁੰਡੇ ਗੋਲ ਲੱਗੀ? ਉਡੀਕ ਚੰਦ। ਉਡੀਕ ਚੰਦ, ਕਿੰਨੇ ਕੋਈ ਦੀ ਗੱਲ ਹੈ? ਇਸ ਕੋਈ ਨੌ ਸਾਢੇ ਨੌ ਵਜੇ ਦੇ ਆਸ ਪਾਸ ਇੱਥੇ ਕੋਈ ਗੱਲ ਜੀ, ਸਾਨੂੰ ਘਰੋਂ ਫੋਨ ਆਇਆ ਸੀ। ਕਿੰਨੇ ਵਿਅਕਤੀ ਜਿਹਨਾਂ ਗੋਲੀਆਂ ਚਲਾਈਆਂ ਵਾ? 3 ਤੋਂ 4 ਜਾਣੇ ਆ, ਇੱਕ ਜਣਾ ਤਾਂ ਫੜਿਆ ਗਿਆ ਮੌਕੇ 'ਤੇ, ਘਰੇ ਬੰਦ ਕਰ ਲਿਆ ਸੀ ਉਹਨੂੰ। ਅੱਛਾ ਜੀ। ਉਹ ਤਾਂ ਪੁਲਿਸ ਕਸਟਡੀ 'ਚ ਆ ਗਿਆ ਵਾ, ਬਾਕੀ 2-3 ਜਣੇ ਅਣਪਛਾਤੇ ਪਤਾ ਨਹੀਂ ਕੌਣ ਆ, ਉਹ ਭੱਜ ਗਿਆ। ਮੰਗ ਕਰਨੀ ਚਾਹੁੰਦੇ ਪ੍ਰਸ਼ਾਸਨ ਤੋਂ? ਪ੍ਰਸ਼ਾਸਨ ਤੋਂ ਉਹੀ ਮੰਗ ਹੈ ਜੀ, ਇਹਨਾਂ ਨੂੰ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਬਣਦੀ ਸਜ਼ਾ ਦਿੱਤੀ ਜਾਵੇ ਉਹਨਾਂ ਦੀ। ਇੱਕ ਪਿੰਡ ਭਾਗੋ ਬੁੱਢਾ 'ਚ ਸੁਬਹਾ ਫਾਇਰਿੰਗ ਹੋਈ ਹੈ, ਕੀ ਕਹਿਣਾ ਚਾਹੁੰਦੇ ਇਸ ਬਾਰੇ? ਅੱਜ ਸੁਬਹਾ ਇਨਫੋਰਮੇਸ਼ਨ ਮਿਲੀ ਸੀਗੀ ਵੀ ਪਿੰਡ ਭਾਗੋ ਬੁੱਢਾ ਥਾਣਾ ਕਬੀਰਪੁਰ ਏਰੀਏ 'ਚ ਜਿਹੜੀ ਹੈ ਕੋਈ ਫਾਇਰ ਹੋਏ ਆ। ਅੱਛਾ, ਮੌਕੇ 'ਤੇ ਪੁਲਿਸ ਪਹੁੰਚੀ ਹੈ, ਜਿੱਥੇ ਵੇਖਿਆ ਗਿਆ ਵੀ ਇੱਕ ਸਾਗਰ ਪੁੱਤਰ ਕੁਲਵੰਤ ਸਿੰਘ ਨਾਮ ਦਾ ਵਿਅਕਤੀ ਹੈ ਜਿਹੜਾ ਇਸੇ ਪਿੰਡ ਦਾ ਰਹਿਣ ਵਾਲਾ ਹੈ। ਉਹਨੇ ਆਪਣੇ ਪਿੰਡ ਦੇ ਉਡੀਕ ਚੰਦ ਪੁੱਤਰ ਮੰਗਤ ਰਾਮ ਅਤੇ ਉਡੀਕ ਚੰਦ ਦੀ ਮਾਤਾ ਜਿਹੜੀ ਗੀਤਾ ਰਾਣੀ ਹੈ, ਇਹਨਾਂ 'ਤੇ ਘਰ ਜਾ ਕੇ ਹਮਲਾ ਕੀਤਾ। ਉਡੀਕ ਚੰਦ ਜਿਹੜਾ ਉਹਦੇ ਵੀ ਫਾਇਰ ਲੱਗਾ ਉਹਦੇ ਸੱਜੇ ਪੱਟ 'ਚ, ਅਤੇ ਗੀਤਾ ਰਾਣੀ ਜਿਹੜੀ ਆ ਉਹਦੇ 'ਤੇ ਇਹਨੇ ਚਾਕੂ ਨਾਲ ਵਾਰ ਕੀਤਾ ਸੀ, ਉਹ ਵੀ ਇੰਜਰਡ ਆ। ਜਿਹੜੇ ਦੋਨੋਂ ਨੂੰ ਐਡਮਿਟ ਕਰਵਾਇਆ ਗਿਆ, ਔਰ ਜਿਹੜਾ ਸਾਗਰ ਆ ਇਹਨੂੰ ਮੌਕੇ ਤੋਂ ਜਿਹੜਾ ਫੜ ਲਿਆ ਗਿਆ, ਸੁਮੇਧ ਇਹਦੇ ਜਿਹੜਾ ਵੈਪਰ, ਔਰ ਜੋ ਵੀ ਬਣਦੀ ਕਾਰਵਾਈ ਆ ਉਹ ਕੀਤੀ ਜਾ ਰਹੀ। ਮਾਮਲਾ ਦਰਜ ਕਰ ਲਿਆ ਜਾਂ ਨਹੀਂ? ਅਸੀਂ ਬਿਆਨ ਲਿਖ ਰਹੇ ਜੀ, ਅਗਰ ਡਾਕਟਰ ਸਾਹਿਬ ਫਿੱਟ ਦਿੰਦੇ ਆ ਜਿਹੜੇ ਜ਼ਖਮੀ ਆ, ਤਾਂ ਬਿਆਨ ਲਿਖ ਕੇ ਤੁਰੰਤ ਪਰਚਾ ਦਰਜ ਕਰ ਦਿੱਤਾ ਜਾਊਗਾ, ਜੋ ਬਣਦੀ ਉਤਰਾਵਾ ਹੈ।